ਤੇ ਗੁਰਬਾਣੀ ਤਾਂ ਫਿਰ ਨਿੰਦਕਾਂ ਦੀ ਉਹ ਭਰੀ ਪਈ ਹੈ, ਸਾਰੇ ਭਗਤ ਨਿੰਦਕੇ ਨੇ, ਵਨਾਰਥ ਕੇ ਠੱਗ ਕਹਿੰਦੇ ਨੇ, ਕਿਸੇ ਨੂੰ ਕੁਛ ਕਹਿੰਦੇ ਨੇ, ਕਿਸੇ ਨੂੰ ਕੁਛ ਕਹਿੰਦੇ ਨੇ, ਔਗਣਾਂ ਵੱਲ ਨੂੰ ਉਂਗਲੀ ਕਰਦੇ ਨੇ। ਜਿਹੜਾ ਔਗਣ ਵੱਲ ਨੂੰ ਉਂਗਲੀ ਕਰੇ ਉਹ ਨਿੰਦਕ ਨਹੀਂ ਹੁੰਦਾ, ਨਿੰਦਕ ਹਮਾਰੇ ਕੱਪੜੇ ਧੋਵਾ, ਉਹ ਕਹਿੰਦਾ ਇੱਥੇ ਛਿੱਟਾ ਪਿਆ ਇਹਨੂੰ ਠੀਕ ਕਰ ਲੈ, ਧੋ ਲੈ ਇਹਨੂੰ, ਉਹ ਤਾਂ ਦੱਸ ਰਿਹਾ ਸਾਨੂੰ, ਤੂੰ ਕਹਿੰਦਾ ਨਿੰਦਿਆ ਕਰਦਾ। ਹਾਂ ਤੇਰੇ 'ਚ ਹੈ ਨਹੀਂ ਔਗਣ, ਤੈਨੂੰ ਕਹਿੰਦਾ ਵੀ ਇਹ 'ਚ ਔਗਣ, ਇਹ ਨਿੰਦੇ ਨਿੰਦਿਆ, ਇਹ ਔਗਣ ਹੈ ਨਹੀਂ, ਬਲੇਮ ਲਾਉਂਦਾ ਝੂਠਾ, ਝੂਠਾ ਬਲੇਮ ਲਾਉਣਾ ਜਿਹੜਾ ਹੈਗਾ ਉਹ ਨਿੰਦਿਆ। ਸੱਚਾ ਬਲੇਮ ਨਹੀਂ ਹੁੰਦਾ, ਸੱਚ ਦੱਸੀ ਦਾ ਹੁੰਦਾ ਵੀ ਆਹ ਤੇਰੇ 'ਚ ਔਗਣ। ਡਾਕਟਰ ਦੱਸਦਾ ਤੂੰ ਬਿਮਾਰ ਹੈ, ਡਾਕਟਰ ਬਲੇਮ ਲਾਉਂਦਾ, ਉਹ ਰਿਪੋਰਟ ਆਉਂਦੀ ਆ ਵੀ ਆਹ ਲੋਕ ਇੰਨੇ ਪ੍ਰਸੈਂਟ ਫਲਾਨੇ ਰੋਗ ਤੋਂ ਗ੍ਰਸਤ ਨੇ, ਇੰਨੇ ਪ੍ਰਸੈਂਟ ਫਲਾਨੇ ਰੋਗ ਤੋਂ ਗ੍ਰਸਤ ਨੇ। ਉਹ ਲੋਕਾਂ ਦਾ ਭਲਾ ਕਰਨ ਵਾਸਤੇ, ਬੁਰਾ ਕਰਨ ਵਾਸਤੇ, ਬਚਾਉਣ ਵਾਸਤੇ ਆ ਕਿ ਉਹਨਾਂ ਨੂੰ ਮਾਰਨ ਵਾਸਤੇ? ਕਿਉਂ ਇੰਨੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ? ਇਹ ਸੰਸਥਾ ਇਹੀ ਦੱਸ ਰਹੀ ਹੈ ਵੀ ਤੁਸੀਂ ਰੋਗੀ ਹੋ, ਸੰਸਾਰ ਰੋਗੀ ਨਾਮਦਾਰੂ, ਇਹਨੂੰ ਕਹਿੰਦੇ ਨੇ ਬਲੇਮ ਲਾਉਂਦਾ, ਛੱਡਣੇ ਨਹੀਂ ਚਾਹੁੰਦੇ ਔਗਣ। ਅਸਲ 'ਚ ਉਹ ਤਾਂ ਰੱਖੇ ਨੇ ਘਰ ਪਾਲ ਕੇ, ਮਿੱਤਰ ਬਣਾ ਕੇ। ਇਸ ਕਰਕੇ ਤੇ ਬਣੇ ਹੋਏ ਨੇ, ਭਲੇ ਬਣੇ ਨੇ ਮਹਾਂਪੁਰਸ਼ ਹੈ ਔਗਣਵੰਤੇ। ਹੁਣ ਜੇ ਔਗਣਵੰਤੇ ਬਣਦੇ ਨੇ, ਮਹਾਂਪੁਰਸ਼ ਨਹੀਂ ਰਹਿੰਦੇ, ਆਹ ਗੱਲ ਹੈ। ਬਿਮਾਰੀ ਇਹ ਸਾਨੂੰ ਮਹਾਂਪੁਰਸ਼ੀ ਦਾ ਖਿਤਾਬ ਨਾ ਕਿਤੇ ਲੈ ਜਾ ਸਾਡਾ, ਜਾਂ ਤੁਸੀਂ ਮਹਾਂਪੁਰਸ਼ ਹੋ ਹੀ ਨਹੀਂ ਕਿਉਂ ਕਹੋਨੇ ਹੋ? ਮਹਾਂਪੁਰਸ਼ ਤਾਂ ਹੈ ਇੱਕ, ਮਹਾਂਪੁਰਸ਼ ਕਦੇ ਜੰਮਦਾ ਨਹੀਂ, ਕਦੇ ਮਰਦਾ ਨਹੀਂ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਸਦਾ ਹੋਏ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ? ਮਹਾਂਪੁਰਖ ਤਾਂ ਉਹ ਹੈ ਜਿਹੜਾ ਬੁਲਾਉਂਦਾ, ਜਿਹੜਾ ਬੋਲਦਾ ਮਹਾਂਪੁਰਖ ਨਹੀਂ ਹੁੰਦਾ, ਉਹ ਵੀ ਉਦਾਸ ਹੁੰਦਾ। ਉਹ ਬੋਲਣ ਵਾਲਾ ਵੀ ਨਹੀਂ ਮਹਾਂਪੁਰਖ ਹੁੰਦਾ, ਤੁਸੀਂ ਤਾਂ ਪਿੱਧੀ ਨਾ ਪਿੱਧੀ ਦਾ ਸ਼ੋਰਬਾ ਕੁਛ ਵੀ ਨਹੀਂ ਹੈ। ਜੋ ਜਿਹੜੇ ਮਹਾਂਪੁਰਖ ਬਣੇ ਬੰਦੇ ਨਾ ਕੁਛ ਵੀ ਨਹੀਂ ਸੀ, ਜਿਹੜੇ ਪਹਿਲੇ ਨੇ ਉਹ ਵੀ ਨਹੀਂ ਸੀ ਕੁਝ, ਇਹਨਾਂ ਨੂੰ ਇਹ ਕਹਿੰਦੇ ਨੇ। ਇਹ ਦੱਸਣ ਕੀ ਸੀ? ਉਹਨਾਂ ਤੋਂ ਸਿੱਖਿਆ ਜਿਹੜਾ ਕੋਈ ਤੁਹਾਡੇ ਕੋਲ ਸਿੱਖੀ ਹੈ, ਜਿਹੜੇ ਲਈ ਫਿਰਦਾ ਮਹਾਂਪੁਰਖ ਬਣਾਈ, ਜੋ ਕੋ ਅੱਜ ਸਿੱਖੀ ਆ ਉਹਨਾਂ ਤੋਂ ਸਿੱਖੀ ਹੋਈ ਹੈ ਤੁਹਾਡੀ, ਉਹਨਾਂ ਦੀ ਦੱਸੀ ਹੋਈ ਹੈ ਮਹਾਂਪੁਰਖਾਂ ਦੀ। ਉਹ ਮਹਾਂਪੁਰਖ ਕਹਾਉਂਦੇ ਹੀ ਨਾ, ਜੇ ਉਹਨਾਂ ਨੂੰ ਅਕਲ ਹੁੰਦੀ, ਉਹਨਾਂ ਨੂੰ ਅਕਲ ਥੀ ਹੋ ਨਹੀਂ, ਨਾ ਤੁਹਾਨੂੰ ਹੈ ਨਾ ਉਹਨਾਂ ਨੂੰ ਸੀ। ਮਹਾਂਪੁਰਖ ਦਾ ਰਾਕਸ਼ਸ ਕਹਾਉਂਦੇ ਹੁੰਦੇ ਨੇ, ਆਏ ਬੈਠੇ ਨੇ, ਆਹ ਕੁੱਟ ਖਾਈ ਬੈਠੇ ਨੇ ਸਾਰੇ। ਮਹਾਂਪੁਰਖ ਕਹਾਉਣ ਵਾਲੇ ਅੱਜ ਕੁੱਟੇ ਜਾਣੇ ਨੇ ਸਾਰੇ ਹੀ, ਕਹਿਣ ਵਾਲੇ ਔਰ ਕਹਾਉਣ ਵਾਲੇ ਸਾਰੇ ਹੀ ਕੁੱਟੇ ਜਾਣੇ ਨੇ। ਜਦ ਸੱਚ ਪ੍ਰਗਟ ਹੁੰਦਾ ਸਾਰੇ ਹੀ ਕੁੱਟੇ ਜਾਂਦੇ ਨੇ, ਮਹਾਂਪੁਰਖ ਕਹਾਉਣ ਵਾਲੇ ਹੀ ਕੁੱਟ ਹੁੰਦੇ ਨੇ। ਮਹਾਂਪੁਰਖ ਤਾਂ ਪਰਮੇਸ਼ਰ ਹੈ, ਉਹਦਾ ਸਰੀਰ ਕੁੱਟਿਆ ਹੀ ਜਾਣਾ, ਇਹਦਾ ਮਤਲਬ ਉਹਦੀ ਹੋਂਦ ਨੂੰ ਨਹੀਂ ਮੰਨਦੇ ਫਿਰ ਤੁਸੀਂ। ਆਦਮੀ ਮਹਾਂਪੁਰਖ ਬਣਾ ਲਿਆ, ਪਰਮੇਸ਼ਰ ਕਿੱਥੇ ਰਹਿ ਗਿਆ ਫਿਰ? ਆਪੇ ਹੋ ਗਏ ਉਹ। ਤਾਂ ਹੀ ਕਹਿੰਦੇ ਰੱਬ ਬਸ ਭਗਤਾਂ ਨੇ ਕੀਤਾ, ਮੇਰੀ ਬਾਂਧੀ ਭਗਤੀ ਜਿਹੜਾ ਵੈ ਬਾਂਧੇ ਭਗਤ ਪਰਮੇਸ਼ਰ ਨੂੰ ਕਹਿੰਦੇ ਨੇ ਵੀ ਪਰਮੇਸ਼ਰ ਕਹਿੰਦਾ ਜੇ ਭਗਤ ਬੰਧ ਵੇ ਤਾਂ ਮੇਹਬਾਨ ਨਹੀਂ ਛਡਾ ਸਕਦਾ, ਉਹ ਕਮਜ਼ੋਰ ਕਰਤਾ ਆਪ ਤਕੜੇ ਹੋ ਗਏ। ਇਹ ਮਹਾਂਪੁਰਸ਼ ਨੇ, ਇਹਨਾਂ ਦੀ ਹੋ ਗਈ ਪੁੱਠੀ ਮੱਤ। ਅਸਲ 'ਚ ਰਾਕਸ਼ਸ ਨੇ, ਅਸਲ 'ਚ ਰਾਕਸ਼ਸ ਇਹ ਨੇ ਜਿਹੜੇ ਮਹਾਂਪੁਰਸ਼ ਆਪਣੇ ਆਪ ਨੂੰ ਕਹਾਉਂਦੇ। ਰਾਕਸ਼ਸ ਤਾਂ ਵਿਚਾਰੇ ਮਹਾਂਪੁਰਖ ਕਹਾਉਂਦੇ ਹੀ ਨਹੀਂ ਹੁੰਦੇ, ਉਹ ਤਾਂ ਐਂ ਕਹਿੰਦੇ ਰੱਬ ਹੈ ਉਹ ਨਹੀਂ। ਇਹਨਾਂ ਦੇ ਲੱਛਣ ਦੇਖ ਕੇ ਕਹਿੰਦੇ ਨੇ ਮਹਾਂਪੁਰਖਾਂ ਦੇ, ਇਹ ਮਹਾਂਪੁਰਖਾਂ ਦੇ ਲੱਛਣ ਦੇਖ ਕੇ ਕਹਿੰਦੇ ਨੇ ਵੀ ਰੱਬ ਹੈ ਨਹੀਂ। ਜਦ ਉਹ ਸਟਿੰਗ ਕੈਮਰੇ ਦੇ ਵਿੱਚ ਆ ਜਾਂਦੇ ਨੇ ਫਿਰ ਪਤਾ ਲੱਗ ਜਾਂਦਾ ਮਹਾਂਪੁਰਖੀ ਦਾ, ਇਹਨਾਂ ਦਾ ਜਿਵੇਂ ਸਰਸੇ ਵਾਲੇ ਦਾ ਪਤਾ ਲੱਗ ਗਿਆ, ਜਿਹੜਾ ਵੀ ਆ ਜਾਂਦਾ ਉਹਦਾ ਹੀ ਪਤਾ ਲੱਗ ਜਾਂਦਾ। ਜਿਹੜਾ ਡਿੱਗੇ ਚੜ ਜਾਂਦਾ ਨਾ ਉਹਦਾ ਸਾਰਾ ਪਾਜ ਖੁੱਲ ਜਾਂਦਾ। ਹਾਂਜੀ, ਤਬ ਘੇਰ ਲਈ ਚੋਂ ਔਰ ਤੇ ਦੈਂਤਨ, ਤਬ ਘੇਰ ਲਈ ਚੋਂ ਔਰ ਤੇ ਦੈਂਤਨ, ਦੈਂਤ ਚਾਰੇ ਪਾਸੇ ਤੇ ਹੋ ਗਏ। ਇਉਂ ਸੁਣ ਲਾਗੇ ਸੁਣ, ਇਉਂ ਉਪਮਾ ਉਪਜੀ ਮਨ ਮੈਂ, ਇਹ ਜੀ ਉਪਮਾ ਹੋਈ। ਮਨ ਤੇ ਤਨ ਤੇਜ ਚਲਿਓ ਜਗ ਮਾਤ ਕੋ,
ਦਾਮਣੀ ਜਾਨ ਚਲੇ ਕੰਨ ਮੈਂ ਮਨ ਤੇ ਤਨ ਤੇ ਚਲਿਓ ਜਗਮਾਤ ਕੋ ਉਹਨਾਂ ਦਾ ਜਿਹੜਾ ਮਨ ਹੈ ਨਾ ਇੱਕ ਮਨ ਦੀ ਬਹੁਤ ਜ਼ਿਆਦਾ ਸਪੀਡ ਹੈ ਸੰਸਾਰ 'ਚ ਪਰ ਦਸਮ ਪਾਤਸ਼ਾਹ ਕਹਿੰਦੇ ਨੇ ਮਨ ਤੇ ਜ਼ਿਆਦਾ ਸਪੀਡ ਵਿਵੇਕ ਬੁੱਧੀ ਦੀ ਹੈ ਮਨ ਨੂੰ ਘੇਰ ਲੈਂਦੇ ਸਾਰਿਆਂ ਦਾ ਮਨ ਘੇਰ ਲਿਆ ਸਾਰੇ ਘੇਰ ਲਏ ਬੁੱਧ ਬਲ ਨਾਲ ਘੇਰੇ ਨੇ ਸਾਰੇ ਬੁੱਧ ਬਲ ਸਭ ਤੋਂ ਵੱਡਾ ਹਥਿਆਰ ਹੈ ਬੁੱਧ ਬਲ ਨਾਲ ਸਾਰੇ ਕੀਲੇ ਕੀਲੇ ਹੋਏ ਨੇ ਹੁਣ ਇਹ ਮਨ ਤੇ ਤਨ ਤੇ ਚਲਿਓ ਜਗ ਮਾਤ ਕੋ ਦਾਮਣੀ ਜਾਣ ਚੱਲੇ ਕਰ ਲਏ ਜਿਵੇਂ ਬੱਦਲ 'ਚ ਬਿਜਲੀ ਲਿਸ਼ਕਦੀ ਹੈ ਐਂ ਸਭ ਦੇ ਅੰਦਰ ਹਨੇਰੇ 'ਚ ਚਾਨਣ ਕਰ ਰਹੀ ਹੈ ਬੱਦਲ ਚਾਨਣ ਨਹੀਂ ਕਰਦੀ ਬਿਜਲੀ ਉਹ ਲਸ਼ਕੀ ਉਹ ਲਸ਼ਕੀ ਉਹ ਲਸ਼ਕੀ ਸਾਰਿਆਂ ਨੂੰ ਚਾਨਣ ਦੇ ਬਣ ਦਿੱਤਾ ਸਾਰਿਆਂ ਦੇ ਅੰਦਰ ਰੋਸ਼ਨੀ ਕਰ ਰਹੀ ਹੈ ਬੱਦਲ ਤਾਂ ਹਨੇਰਾ ਹੁੰਦਾ ਵਿਚਾਰਾ ਬੱਦਲ 'ਚ ਕੀ ਹੁੰਦਾ ਫੂਟ ਗਈ ਧੁਜਨੀ ਸਗਰੀ ਅਸ ਚੰਡ ਪ੍ਰਚੰਡ ਜੱਬੇ ਕਰ ਲੈਨੋ ਜਾਂ ਪ੍ਰਚੰਡ ਰੂਪ ਧਾਰਨ ਕੀਤਾ ਚੰਡੀ ਨੇ ਬਸ ਸਾਰੀ ਫੌਜ ਫਨਾ ਹੋ ਗਈ ਫੂਟ ਗਈ ਧੁਜਨੀ ਸਗਰੀ ਸਾਰਿਆਂ ਦਾ ਟੁੱਟ ਗਿਆ ਹੰਕਾਰ ਸਭ ਟੁੱਟ ਗਿਆ ਸਭ ਹੰਕਾਰ ਟਹਿ ਗਿਆ ਢੇਰੀ ਹੋ ਗਏ ਸਭ ਸਾਰੀ ਸਭ ਦਾ ਹੰਕਾਰ ਟਹਿ ਗਿਆ ਤੈ ਢੇਰੀ ਹੋ ਗਈ ਸਭ ਜਿਹੜੇ ਕੂੜ ਦੇ ਮਹਿਲ ਦੀ ਸਭ ਢਾ ਕੇ ਸੁੱਟਦੇ ਨੇ ਕੂੜ ਦੇ ਜਿੰਨੇ ਮਹਿਲ ਤੇ ਨਾ ਫੂਟ ਗਈ ਕੂੜ ਦੀਆਂ ਕੰਧਾਂ ਸਭ ਢਾਤੀ ਪਰਮ ਦੇ ਕੋਟ ਸਭ ਫਨਾ ਕਰਤੇ ਫੂਟ ਗਈ ਧੁਜਨੀ ਸਗਰੀ ਸਾਰੀ ਫੌਜ ਦੀ ਫੁੱਟ ਗਈ ਦੈਂਤ ਮਰੇ ਨੇ ਨਹੀਂ ਰਹੀ ਫੌਜ ਕਿਸੇ ਨੂੰ ਸਮਝ ਆ ਗਈ ਕਿਸੇ ਨੂੰ ਨਹੀਂ ਵੀ ਅਜੋ ਆਈ ਜਿਹਨਾਂ ਨੂੰ ਸਮਝ ਆ ਗਈ ਉਹ ਇੱਧਰ ਹੋ ਗਏ ਜਿਹਨੂੰ ਨਹੀਂ ਸਮਝ ਆਈ ਅਜੋ ਹੱਥ ਵਿਚਾਲੇ ਨੇ ਵਿਚਾਰੇ ਦੈਂਤ ਮਰੇ ਨਹਿ ਬੇਖ ਕਰੇ ਦੈਂਤ ਮਰੇ ਨਹਿ ਬੇਖ ਕਰੇ ਜਿਹੜਾ ਮਰ ਜਾਂਦਾ ਹੈ ਉਹ ਦੁਬਾਰਾ ਸਵਾਲ ਨਹੀਂ ਕਰਦਾ ਉਹ ਦੁਬਾਰਾ ਭੇਖ ਦੈਂਤ ਵਾਲਾ ਨਹੀਂ ਹੁੰਦਾ ਉਹ ਲਾ ਦਿੰਦਾ ਉਹ ਦੁਬਾਰਾ ਸਰੀਰ ਦਾ ਕੱਪੜਾ ਲਾ ਕੇ ਅੱਡ ਹੋ ਜਾਂਦਾ ਉਹ ਨਿਰਾਕਾਰੀ ਆਪਣੇ ਆਪ ਨੂੰ ਨਿਰਾਕਾਰ ਰੂਪ ਦੇਖਦਾ ਦੁਬਾਰਾ ਸਰੀਰ ਵਾਲਾ ਰੂਪ ਭੁੱਲ ਜਾਂਦਾ ਜਿਹੜਾ ਮਰ ਜਾਂਦਾ ਨਾ ਜਿਵੇਂ ਮਰ ਕੇ ਸਰੀਰ ਛੱਡ ਦੀਦਾ ਐਂ ਜਿਉਂਦੇ ਹੀ ਛੱਡੀ ਜਾਂਦੇ ਨੇ ਸਰੀਰ ਤਿਰਕੁਟੀ ਛੁੱਟਾ ਦਸਵਾਂ ਦਾਰ ਖੁੱਲ੍ਹਾ ਜਿਹਦਾ ਦਸਵਾਂ ਦਾਰ ਖੁੱਲ੍ਹ ਜਾਂਦਾ ਮੁੜ ਕੇ ਆਪਣੇ ਆਪ ਨੂੰ ਸਰੀਰ ਮੰਨਦਾ ਹੀ ਨਹੀਂ ਉਹ ਮੁੜ ਕੇ ਆਪਣੇ ਆਪ ਨੂੰ ਦੇਹਧਾਰੀ ਮੰਨਦਾ ਹੀ ਨਹੀਂ ਉਹ ਨਹੀਂ ਵੇਖ ਕਰ ਵੇਖ ਸਰੀਰ ਦੇ ਕੱਪੜੇ ਦੀ ਗੱਲ ਹੈ ਵੇਖ ਭੇਖ ਨਹੀਂ ਹੁੰਦਾ ਵੇਖ ਹੈ ਇਹਨੂੰ ਵੇਸ਼ ਕਹਿੰਦੇ ਨੇ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਉੱਥੇ ਭੇਸ ਲਿਖੇ ਅਬਦਾਲੀ ਭੇਸਵਾ ਜਿੰਨਾ ਚਿਰ ਦਾਲ ਹੈ ਉਹਨਾਂ ਚਿਰ ਭੇਸ ਕਰਦਾ ਜਦ ਇੱਕ ਹੋ ਜਾਂਦਾ ਫਿਰ ਬੇਸ ਹੁੰਦਾ ਇਹਦਾ ਜਦ ਇੱਕ ਹੋ ਜਾਂਦਾ ਫਿਰ ਇਹਦਾ ਬੇਸ ਹੈ ਬਹੁ ਤੋ ਬਰਬੰਡ ਮਹਾਂਬਲ ਕੀਨੋ ਜਿਹੜੇ ਕੂੜਿਆਰ ਹੁੰਦੇ ਨੇ ਕੂੜਿਆਰ ਹੁੰਦੇ ਨੇ ਕੂੜਿਆਰ ਨਹੀਂ ਹੁੰਦੇ ਉਹ ਬਹੁਤੇ ਬੇਸ ਕਰਦੇ ਨੇ ਉਹ ਮਹਾਂਪੁਰਖ ਬਣੇ ਹੁੰਦੇ ਨੇ ਨਾ ਦੈਂਤ ਮਰੇ ਨੇ ਵੇਖ ਕਰੇ ਬਹੁਤ ਤੋ ਬਰਬੰਡ ਮਹਾਂਬਲ ਕੀਨੋ ਬਹੁਤ ਤੋ ਬਰਬੰਡ ਮਹਾਂਬਲ ਕੀਨੋ ਐਸਾ ਮਹਾਂਬਲ ਉਹਨਾਂ 'ਚ ਪੈਦਾ ਕਰਤਾ ਸਾਰਿਆਂ ਦੇ ਵਿੱਚ ਮਹਾਂਬਲ ਦੇ ਦਿੱਤਾ ਸਾਰਿਆਂ ਨੂੰ ਮਹਾਂਬਲ ਦਾ ਪ੍ਰਚਾਰ ਕਰਤਾ ਇਹਨੇ ਬੁੱਧ ਬਲ ਦਾ ਪ੍ਰਚਾਰ ਕਰਤਾ ਜਿਹੜੇ ਦੈਂਤ ਮਰ ਜਾਂਦੇ ਨੇ ਮੁੜ ਕੇ ਉਹ ਵਿਰੋਧ ਨਹੀਂ ਕਰਦੇ ਮਤਲਬ ਹੈ ਵਿਰੋਧ ਨਹੀਂ ਕਰਦੇ ਸੱਚ ਦਾ ਬਿਲਕੁਲ ਚੱਕਰ ਚਲਾਏ ਦਿਓ ਕਰਤੇ ਸਿਰ ਛੱਤਰ ਕੁਮਾਰ ਜੁਦਾ ਕਰ ਦੀਨੋ ਚੱਕਰ ਚਲਾਏ ਦਿਓ ਕਰਤੇ ਹੱਥ 'ਚ ਚੱਕਰ ਚਲਾਤਾ